ਜੀ ਸਤਿ ਸ਼੍ਰੀ ਅਕਾਲ ਅਤੇ ਨਾਲੇ ਜਿਹੜੀ ਤੁਹਾਡੀ ਹੁਣ ਡਿਊਟੀ ਬਣਦੀ ਹੈ ਚੈਨਲ ਨੂੰ ਸਬਸਕ੍ਰਾਈਬ ਕਰ ਦਿਉ ਇੱਦਾਂ ਉਂਗਲ ਮਾਰ ਕੇ ਨਾਲ ਹੀ ਬੈੱਲ ਆਈਕੋਨ ਬਣਿਆ ਹੋਇਆ ਘੰਟੀ ਜਿਹੀ ਉਹਦੇ 'ਤੇ ਵੀ ਮਾਰ ਦਿਉ ਕਿਉਂਕਿ ਜਦੋਂ ਕੋਈ ਨਵੀਂ ਚੀਜ਼ ਅਸੀਂ ਹੋਰ ਪਾਈ ਤਾਂ ਤੁਹਾਨੂੰ ਨਾਲ ਦੀ ਨਾਲ ਨੋਟੀਫਿਕੇਸ਼ਨ ਆ ਜੂ ਸੋ ਕਰ ਲਓ ਸਬਸਕ੍ਰਾਈਬ। ਅੰਮ੍ਰਿਤਸਰ ਦੇ ਖੁਡਵਾਲਾ ਦੇ ਵਿੱਚ ਸ਼ਨੀਵਾਰ ਨੂੰ ਇੱਕ ਸੁਨਿਆਰੇ ਦੀ ਦੁਕਾਨ ਨੂੰ ਅਣਪਛਾਤੇ ਨੌਜਵਾਨਾਂ ਨੇ ਆਪਣਾ ਨਿਸ਼ਾਨਾ ਬਣਾਇਆ ਅਤੇ ਕੁਝ ਸੋਨੇ ਚਾਂਦੀ ਦੇ ਗਹਿਣਿਆਂ ਦੇ ਨਾਲ ਨਾਲ ਤਕਰੀਬਨ 37,000 ਦੀ ਨਗਦੀ ਲੁੱਟ ਕੇ ਲੁਟੇਰੇ ਫਰਾਰ ਹੋ ਗਏ। ਲੁੱਟ ਬਾਰੇ ਜਾਣਕਾਰੀ ਦਿੰਦਿਆਂ ਦੁਕਾਨ ਦੇ ਮਾਲਕ ਨੇ ਦੱਸਿਆ ਕਿ ਲੁਟੇਰੇ ਨੌਜਵਾਨ ਗਾਹਕ ਬਣ ਕੇ ਉਹਨਾਂ ਦੀ ਦੁਕਾਨ ਵਿੱਚ ਦਾਖਲ ਹੋਏ ਅਤੇ ਲੁੱਟ ਦੀ ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਜਾਂਦੇ ਜਾਂਦੇ ਦਹਿਸ਼ਤ ਫੈਲਾਉਣ ਲਈ ਫਾਇਰ ਵੀ ਕਰ ਗਏ। ਪੁਲਿਸ ਵੱਲੋਂ ਗੈਰੀ ਨਾਲ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਇਹ ਗਣਪਤੀ ਜਿਊਲਰ ਹੈ, ਗਣਪਤੀ ਜਿਊਲਰ ਦੇ ਸਾਹਮਣੇ ਜਿਹੜੀ ਦੁਕਾਨ ਸੀਗੀ ਅੰਦਰ ਪਹਿਲਾਂ ਸੋਨਾ ਗੋਲਡ ਲੈਣ ਦੇ ਬਹਾਨੇ ਅੰਦਰ ਗਏ ਆ ਤੇ ਚਾਂਦੀ ਦਾ ਇੱਕ ਕੜਾ ਦੇਖਿਆ। ਇਹਨਾਂ ਨੇ ਚਾਂਦੀ ਦਾ ਕੜਾ ਦਿਖਾਇਆ, ਉਹਨਾਂ ਨੇ ਕਿਹਾ ਵੀ ਜਿਹੜਾ ਕੜਾ ਅਸੀਂ ਲੈਣਾ ਹੈਗਾ ਤੇ ਉਹਦੇ ਬਹਾਨੇ ਅੰਦਰ ਚਲੇ ਗਏ ਕਾਊਂਟਰ ਪਾਰ ਕਰਕੇ। ਕਾਊਂਟਰ ਪਾਰ ਕਰਕੇ 30,000 ਰੁਪਈਆ ਸੀਗਾ ਇਹਨਾਂ ਦੇ ਗੱਲੇ 'ਚ ਕੈਸ਼, ਉਹ ਕੱਢ ਲਿਆ ਤੇ ਨਾਲ ਉੱਥੇ ਕੋਕੇ ਸੀਗੇ, ਕੋਈ ਗੋਲਡ ਦੇ ਕੋਈ ਥੋੜ੍ਹਾ ਸਮਾਨ ਪਿਆ ਸੀਗਾ ਉਹ ਲੈ ਗਏ। ਜਾਣ ਲੱਗੇ ਜਦੋਂ ਪਬਲਿਕ ਗਈ ਆ, ਪਬਲਿਕ ਦੇ ਨੇ ਉਹਨਾਂ ਨੂੰ ਫੜਨ ਦੀ ਕੋਸ਼ਿਸ਼ ਕੀਤੀ ਹੈ ਕਿ ਫੜੋ ਫੜੋ, ਉਹ ਗਏ ਹੈ। ਉਹਨਾਂ ਨੇ ਜਾਣ ਲੱਗੇ ਇੱਕ ਹਵਾਈ ਫਾਇਰ ਕੀਤਾ, ਕਾਰਵਾਈ ਅਮਲ 'ਚ ਲਿਆਂਦੀ ਗਈ ਜੀ, FIR ਰਜਿਸਟਰ ਕਰ ਦਿੱਤੀ ਹੈ ਅਤੇ ਇਮੀਡੀਏਟ ਇਹਨੂੰ ਅਸੀਂ ਟਰੇਸ ਕਰਾਂਗੇ। ਜੇਕਰ ਸੱਚ ਬੋਲਣਾ ਸੱਚ ਲਿਖਣਾ ਬਗਾਵਤ ਹੈ ਤਾਂ ਸਮਝੋ ਅਸੀਂ ਬਾਗੀ ਹਾਂ। ਸੱਚ ਅਤੇ ਹੱਕ ਦੀ ਆਵਾਜ਼ ਦੁਨੀਆ ਦੇ ਹਰ ਕੋਨੇ ਕੋਨੇ ਦੀ ਗੱਲ, ਪੰਜਾਬ TV ਕਰੇਗਾ ਸੱਚ ਦਾ ਖੁਲਾਸਾ। ਤੁਸੀਂ ਦੇਖਦੇ ਰਹੋ ਪੰਜਾਬ TV, ਸੱਚ ਅਤੇ ਹੱਕ ਦੀ ਆਵਾਜ਼।